ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਵਿਦੇਸ਼ ਤੋਂ ਡਾਲਰ ਲਿਆਉਣ ਲਈ ਲਈ ਆਈ ਵੱਡੀ ਸਕੀਮ ਦੇਸੀ ਜੁਗਾੜ ਦੇ ਕਸਟਮ ਵਾਲੇ ਵੀ ਹੋ ਗਏ ਹੈਰਾਨ ਦਾਦਾ ਵੱਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਥ ਵਾਲਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿਛਲੇ ਸਮੇਂ ਦੌਰਾਨ ਇੱਕ ਵਿਅਕਤੀ ਵਿਆਹ ਸ਼ਾਦੀ ਵਾਲੇ ਕਾਰਡਾਂ ਦੇ ਵਿੱਚ ਅਮਰ ਪਦਾਰਥ ਸਮੇਤ ਫੜਿਆ ਗਿਆ ਇਸ ਤਰ੍ਹਾਂ ਹੀ ਇੱਕ ਵਾਰ ਕੋਈ ਸੋਨੇ ਦੇ ਬਟਨਾਂ ਦੀ ਸਮੇਤ ਫੜਿਆ ਗਿਆ ਨਵਾਂ ਮਾਮਲਾ ਮਹਾਨਗਰ ਮੁੰਬਈ 'ਚ ਜੁੜਿਆ ਹੋਇਆ ਹੈ ਜਿੱਥੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਪੰਜ ਮੈਂਬਰ ਫੜੇ ਗਏ ਪਹਿਲੇ ਮਾਮਲੇ ਦੇ ਵਿੱਚ ਇੱਕ ਪਰਿਵਾਰ ਦੇ ਜੀਆਂ ਕੋਲੋਂ 4 ਕਰੋੜ 10 ਲੱਖ ਰੁਪਏ ਦੀ ਕੀਮਤ ਦੇ ਬਰਾਬਰ ਅਮਰੀਕੀ ਡਾਲਰ ਬਰਾਮਦ ਹੋਏ ਦੂਜੇ ਪਾਸੇ ਦੋ ਔਰਤਾਂ ਦੇ ਕੋਲ 2 ਕਿਲੋ 65 ਗ੍ਰਾਮ ਸੋਨੇ ਦੀ ਪਾਊਡਰ ਮਿਲਿਆ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ 에어ਪੋਰਟ ਤੇ ਕਸਟਮ ਅਧਿਕਾਰੀਆਂ ਵੱਲੋਂ ਤਿੰਨ ਵਿਅਕਤੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਇਹ ਵਿਅਕਤੀ ਇੱਕੋ ਹੀ ਪਰਿਵਾਰ ਨਾਲ ਸੰਬੰਧਤ ਹਨ ਅਤੇ ਦੁਬਈ ਤੋਂ ਆਏ ਨੇ ਇਹਨਾਂ ਨੇ ਆਪਣੇ ਸੂਟਕੇਸਾਂ ਦੇ ਵਿੱਚ ਰੱਖਿਆ ਸਾੜੀਆਂ ਦੀਆਂ ਤੀਆਂ ਅਤੇ ਜੁੱਤੀਆਂ ਦੇ ਤਲਿਆਂ ਦੇ ਅੰਦਰ ਹਿੱਸੇ ਦੇ ਵਿੱਚ ਅਮਰੀਕੀ ਡਾਲਰ ਦੇ ਬੰਡਲ ਛੁਪਾ ਕੇ ਰੱਖੇ ਸਨ ਇਹਨਾਂ ਤਿੰਨਾਂ ਨੂੰ ਫੜ ਕੇ ਮੈਸਟਰ ਅਦਾਲਤ ਦੇ ਵਿੱਚ ਭੇਜ ਦਿੱਤਾ ਹੈ ਜਿੱਥੇ ਇਹਨਾਂ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ 'ਚ ਭੇਜਣ ਦਾ ਹੁਕਮ ਸੁਣਾਇਆ ਹੈ ਦੂਜੇ ਮਾਮਲੇ ਦੇ ਵਿੱਚ ਮੁੰਬਈ ਦੇ ਹੀ 에어ਪੋਰਟ ਤੇ ਦੋ ਔਰਤਾਂ ਨੂੰ ਫੜਿਆ ਗਿਆ ਅਤੇ ਵਿਦੇਸ਼ ਤੋਂ ਸੋਨੇ ਲਿਆਉਣ ਦੀ ਅਜੀਬ ਹੀ ਰਸਤਾ ਚੁਣਿਆ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ